ਜੀ ਅਸਲਾਮ ਅਲੈਕੁਮ ਦੋਸਤੋ, ਸੱਜੋ ਮਿੱਤਰੋ, ਕੀ ਹਾਲ ਹੈ? ਸਭ ਪ੍ਰਿਯ ਤੋਂ ਅਤੇ ਉਮੀਦ ਕਰਨੇ ਸਾਰੇ ਤੁਸੀਂ ਠੀਕ ਠਾਕ ਹੋਵੋਗੇ। ਅੱਜ ਦਾ ਵਲੋਗ ਸ਼ੁਰੂ ਕਰਨ ਲੱਗੇ ਹਾਂ ਅਤੇ ਬੜਾ ਹੀ ਮਜ਼ੇਦਾਰ ਵਲੋਗ, ਮੇਰੇ ਨਾਲ ਰਹਿਣਾ। ਅਤੇ ਤੁਹਾਨੂੰ ਪਤਾ ਕਿ ਜਿਸ ਤਰ੍ਹਾਂ ਈਦ ਸ਼ੁਰੂ ਹੋ ਰਹੀ ਹੈ, ਈਦ ਨੂੰ ਥੋੜ੍ਹੇ ਦਿਨ ਰਹਿ ਗਏ ਨੇ ਅਤੇ ਮਾਸ਼ਾਅੱਲਾ ਲੇਲਿਆਂ ਦਾ ਰਸ਼ ਹੈ ਅਤੇ ਇਸ ਟਾਈਮ ਬਹੁਤ ਹੀ ਪਿਆਰਾ ਮੌਸਮ ਬਣਿਆ ਪਿੰਡ ਵਿੱਚ, ਤੁਹਾਨੂੰ ਮੌਸਮ ਆਉਂਦੇ ਹੈ। ਅਤੇ ਤੁਸੀਂ ਜਿਸ ਤਰ੍ਹਾਂ ਵੇਖ ਰਹੇ ਹੋ ਕਿ ਪਿੱਛੇ ਮੇਰੇ ਰਾਣਾ ਸ਼ਰੀਕ ਸਾਹਿਬ ਨੇ ਮਾਸ਼ਾਅੱਲਾ, ਉਹਨਾਂ ਦਾ ਅੱਜ ਨਵੀਂ ਇੱਕ ਅਚੀਵਮੈਂਟ ਇੱਕ ਘਰ ਏਸੀ ਲਵਾ ਰਹੇ ਨੇ ਅਤੇ ਮੈਂ ਵਲੋਗ ਸ਼ੁਰੂ ਕਰਨ ਲੱਗਾ ਅਤੇ ਮੈਂ ਕਿਹਾ ਤੁਹਾਨੂੰ ਵਿਖਾਇਆ ਜਾਏ। ਅਤੇ ਇਸ ਟਾਈਮ ਜਨਾਬ ਭਾਈ ਆਪਣੇ ਮੁਹੱਲੇ 'ਚ ਖੋਤੇ ਹੈ, ਪਿੱਛੇ ਮੇਰੇ ਮੁਹੱਲੇ ਦਾ ਵਿਊ ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ। ਇਹ ਸੈਡ 'ਤੇ ਜਿਹੜੀ ਗਲੀ ਹੈ, ਇਹ ਸਾਡੇ ਮੁਹੱਲੇ ਦਾ ਵਿਊ ਹੈ। ਅਤੇ ਰਾਣਾ ਸ਼ਰੀਕ ਸਾਹਿਬ ਜਿਹੜੇ ਨੇ, ਇਹ ਪਿੱਛੇ ਤੁਸੀਂ ਦੇਖ ਸਕਦੇ ਏਸੀ ਪਿਆ, ਏਸੀ ਨੂੰ ਆਉਣ ਲੱਗੇ ਨੇ। ਅਤੇ ਬਾਕੀ ਇਨਸ਼ਾਅੱਲਾ ਤੁਹਾਨੂੰ ਵੀ ਵਿਖਾਉਂਦੇ ਹਾਂ, ਮੌਸਮ ਬਹੁਤ ਮਜ਼ੇਦਾਰ ਅੱਜ, ਪਿਆਰਾ ਹੈ ਅਤੇ ਨਾਲ ਇਹਦਾ ਰਸ਼ ਹੈ। ਤੁਹਾਨੂੰ ਲੇਲਿਆਂ ਦਾ ਵਿਜ਼ਿਟ ਕਰਵਾਉਂਦੇ ਹਾਂ ਅੱਜ ਅਤੇ ਅੱਜ ਵਲੋਗ ਵੇਖਣ ਦਾ ਮਜ਼ਾ ਆਏਗਾ। ਜਿਸ ਤਰ੍ਹਾਂ ਕਿ ਤੁਸੀਂ ਵੇਖਦੇ ਪਏ ਹੋ ਜਨਾਬ, ਇਹ ਜਿਹੜਾ ਬਾਜ਼ਾਰ ਹੈ, ਇਹ ਸਾਡਾ ਮੁਹੱਲੇ ਵਾਲਾ ਬਾਜ਼ਾਰ ਹੈ ਅਤੇ ਤੁਹਾਨੂੰ ਇਹਦੇ ਵਿੱਚ ਪਿੰਡ ਦਾ ਵਿਊ ਵਿਖਾਉਂਦੇ ਹਾਂ, ਕਿਉਂਕਿ ਮੇਰੇ ਚੈਨਲ ਦਾ ਮਕਸਦ ਹੀ ਪਿੰਡ ਦਾ ਮਾਹੌਲ ਵਿਖਾਉਣਾ। ਅਤੇ ਜਨਾਬ ਇਹ ਜਿਹੜੀ ਸਾਡੀ ਇੱਕ ਪਿੰਡ ਦੀ ਬਾਹਰਲੇ ਹਿੱਸੇ ਦੀ ਗਲੀ ਹੈ, ਇਹ ਵੀ ਮਾਸ਼ਾਅੱਲਾ ਤੋਰ ਜਾਂਦੀ ਹੈ, ਇਹ ਇੱਥੋਂ ਕਬਰਸਤਾਨ ਨੂੰ ਗਲਾ ਹੋ ਜਾਂਦਾ ਅਤੇ ਇਹ ਜਨਾਬ ਸਾਡਾ ਕਬਰਸਤਾਨ ਹੈ। ਅਤੇ ਤੁਸੀਂ ਅੱਜ ਦਾ ਮੌਸਮ ਵੇਖ ਸਕਦੇ, ਅੱਜ ਮੌਸਮ ਬਹੁਤ ਹੀ ਪਿਆਰਾ ਬੱਦਲ ਹੋ ਗਿਆ, ਸੂਰਜ ਵੇਖਦੇ ਹੋ ਬਿਲਕੁਲ ਲੁੱਕ ਗਿਆ ਅਤੇ ਉਹਦੇ ਨਾਲ ਨਾਲ ਜਨਾਬ ਤੁਹਾਨੂੰ ਵੀ ਵਿਖਾਉਣਾ। ਦੇਖੋ ਬੱਚੇ ਨਹਾਉਂਦੇ ਪਏ ਨੇ, ਪੀਟਰ ਚੱਲਦਾ ਪਿਆ ਅਤੇ ਬੱਚੇ ਜਨਾਬ ਮਸਤੀਆਂ ਕਰ ਰਹੇ ਨੇ ਅਤੇ ਨਹਾ ਰਹੇ ਨੇ, ਵੇਖਦੇ ਪਏ। ਪਿੰਡਾਂ ਦੇ ਵਿੱਚ ਇਹ ਬਹੁਤ ਹੀ ਚੀਜ਼ ਮਜ਼ੇਦਾਰ ਹੈ ਕਿ ਜਦੋਂ ਗਰਮੀ ਦਾ ਅਹਿਸਾਸ ਸ਼ੁਰੂ ਹੁੰਦਾ ਜਾਂ ਗਰਮੀ ਸ਼ੁਰੂ ਹੁੰਦੀ ਹੈ, ਅਕਟੂਬਰ ਜਾਂ ਪੀਟਰ ਚੱਲ ਰਿਹਾ ਹੁੰਦਾ, ਤੁਸੀਂ ਜਾ ਕੇ ਉੱਥੇ ਨਹਾ ਸਕਦੇ ਹੋ ਤਾਂ ਆਪਣੀ ਗਰਮੀ ਨੂੰ ਜਨਾਬ ਖਤਮ ਕਰ ਸਕਦੇ ਹੋ, ਗਰਮੀ ਦੀ ਸ਼ਿੱਦਤ ਨੂੰ ਖਤਮ ਕਰ ਸਕਦੇ ਹੋ। ਉਹਦੇ ਨਾਲ ਨਾਲ ਜਨਾਬ ਤੁਸੀਂ ਦੇਖਦੇ ਕਿ ਵਿਊ, ਇਹ ਜਿਹੜੇ ਨੇ ਇਹ ਸਾਰੇ ਹਲਵੇ ਕੱਦੂ ਲੱਗੇ ਨੇ, ਜਿਹਨੂੰ ਪੇਠਾ ਵੀ ਕਿਹਾ ਜਾਂਦਾ, ਹਲਵਾ ਕੱਦੂ ਹੈ ਸਾਰਾ। ਦੇਖੋ ਮਕਈ ਲੱਗੀ ਹੈ, ਮਕਈ ਵੀ ਮਾਸ਼ਾਅੱਲਾ ਬਹੁਤ ਜ਼ਿਆਦਾ, ਠੀਕ ਹੈ ਜੀ। ਇਹ ਦੋ ਤਿੰਨ ਰਕਸ਼ੇ ਖਲੋਤੇ ਨੇ, ਇੱਕ ਸਾਡੀ ਹੈ ਸਰੇ ਕਾਲੀ ਗਲੀ ਹੈ, ਤੁਸੀਂ ਵੇਖਦੇ ਪਏ ਕਿ ਇਹ ਬਾਈ ਆਜ਼ਮ ਨੇ ਉਹਨਾਂ ਨੇ ਲੇਲੇ ਰੱਖੇ ਨੇ। ਇਹ ਜਿਹੜੀ ਹੈ ਗਲੀ ਸਿੱਧੀ ਹੈ ਸਰੇ ਕਾਲ ਜਾਂਦੀ ਹੈ ਮੇਨ ਰੋਡ 'ਤੇ, ਠੀਕ ਹੈ ਜੀ। ਉਹਦੇ ਨਾਲ ਨਾਲ ਇਹ ਜਿਹੜਾ ਸਾਹਮਣੇ ਤੁਹਾਨੂੰ ਸ਼ਹਿਰ ਜਾਂ ਪਿੰਡ ਨਜ਼ਰ ਆਉਂਦਾ ਪਿਆ, ਇਹ ਸਾਡਾ ਭੋਪਾਲ ਵਾਲਾ ਹੈ। ਇਹ ਦੇਖੋ ਟਰੈਕਟਰ ਜਿਹੜਾ ਉਹ ਹਲਵਾਉਂਦਾ ਪਿਆ ਅਤੇ ਸਾਰੇ ਜਿਹੜੇ ਕਿਸਾਨ ਨੇ ਆਪਣੇ ਆਪਣੇ ਹਿਸਾਬ ਨਾਲ ਕੰਮ 'ਤੇ ਲੱਗੇ ਨੇ। ਇਹ ਜਨਾਬ ਜਵਾਰ ਹੈ ਅਤੇ ਮੌਸਮ ਮਾਸ਼ਾਅੱਲਾ ਅੱਜ ਬਹੁਤ ਹੀ ਪਿਆਰਾ ਬਣ ਲੱਗਾ, ਇਹ ਬੱਦਲ ਪਿਆ ਬਣਦਾ ਪਿਆ ਅਤੇ ਮੀਂਹ ਦੇ ਕੇ ਸ਼ਾਮ ਤੱਕ ਜਿਹੜਾ ਨਾ ਹਵਾ ਠੰਡੀ ਆਏਗੀ, ਹਨੇਰੀ ਆਏਗੀ ਅਤੇ ਬਾਰਿਸ਼ ਵੀ ਆਏਗੀ ਅਤੇ ਗਰਮੀ ਅੱਜ ਬਹੁਤ ਜ਼ਿਆਦਾ ਹੈ ਜੀ। ਦੋਸਤੋ, ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਕਿ ਪਿੰਡ ਦੇ ਮਾਹੌਲ ਮੁਤਾਬਕ ਇਸ ਟਾਈਮ ਜਨਾਬ ਅਸੀਂ ਗਲੀ 'ਚ ਆਪਣੇ ਘਰੇ ਹਾਂ ਅਤੇ ਤੁਹਾਨੂੰ ਇੱਕ ਖੂਬਸੂਰਤ ਮੰਜ਼ਰ ਵਿਖਾਉਣਾ ਹੈ ਲੇਲਿਆਂ ਦਾ। ਤੁਹਾਨੂੰ ਦੱਸਿਆ ਸੀ ਕਿ ਈਦ ਆ ਰਹੀ ਵੱਡੀ ਦੇ ਨਜ਼ਦੀਕ, ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਦੋ ਬੱਚੇ ਲੈ ਕੇ ਆ ਰਹੇ ਨੇ, ਪੁੱਤਰ ਅੱਗੇ ਲੈ ਕੇ ਆਓ ਹਾਂ। ਉਸ ਇਲਾਵਾ ਭਾਈ ਆਜ਼ਮ ਨੇ, ਇਹ ਦੁਕਾਨ ਹੈ ਉਹਨਾਂ ਦੀ, ਆਪਣੀ ਦੁਕਾਨ ਦੇ ਸਾਹਮਣੇ ਬੈਠੇ ਨੇ ਅਤੇ ਜਨਾਬ ਇਹ ਉਹਨਾਂ ਕੋਲ ਤਿੰਨ ਭੇਡੂ ਲੇਲੇ ਖਲੋਤੇ ਨੇ ਅਤੇ ਕਿਸੇ ਬੰਦੇ ਨੇ ਲੈਣਾ ਹੋਏ ਮੁਨਾਸਿਬ ਰੇਟ 'ਤੇ ਇਨਸ਼ਾਅੱਲਾ ਮਿਲ ਜਾਏਗਾ ਜਾਇਜ਼, ਤਾਂ ਤੁਸੀਂ ਭਾਈ ਆਜ਼ਮ ਨਾ ਕੇ ਰਾਬਤਾ ਕਰ ਸਕਦੇ ਹੋ। ਅਤੇ ਇਹ ਦੇਖੋ ਜਨਾਬ ਮਾਸ਼ਾਅੱਲਾ ਬੱਕਰੇ ਨੇ ਦੋਵੇਂ, ਪੁੱਤਰ ਆਪ ਹੀ ਪਾਲੇ ਨੇ ਕਿ ਮੁੱਲੇ ਜੇ ਬੱਚੇ ਹੀ? ਅੱਛਾ ਜਨਾਬ ਮਾਸ਼ਾਅੱਲਾ ਬਹੁਤ ਹੀ ਪਿਆਰਾ ਬੱਕਰਾ ਹੈ, ਕੁਰਬਾਨੀ ਵਾਸਤੇ ਨਾ ਕਿ ਵੇਚਣਾ ਜੀ? ਅੱਛਾ ਜੀ, ਇਹ ਵੀ ਜਨਾਬ ਲੇਲੇ ਵਿਕ ਰਹੇ ਨੇ ਅਤੇ ਇਹ ਚਿੱਟਾ ਲੇਲਾ ਉਹਨਾਂ ਕਿਹਾ ਵੇਚਣਾ ਅਤੇ ਇਹ ਜਿਹੜਾ ਨਾ ਇਹ ਕੁਰਬਾਨੀ ਵਾਸਤੇ। ਅੱਛਾ ਆਪ ਹੀ ਕੁਰਬਾਨੀ ਦੇਣੀ ਹੈ ਤੁਸੀਂ? ਅੱਛਾ ਅੱਛਾ ਠੀਕ ਹੋ ਗਿਆ। ਇਹ ਜਿਹੜਾ ਲੇਲਾ ਨਾ ਮਾਸ਼ਾਅੱਲਾ ਇਹਦਾ ਵਜ਼ਨ ਵੀ ਠੀਕ ਹੈ ਅਤੇ ਮਾਸ਼ਾਅੱਲਾ ਲੇਲਾ ਅੱਛਾ। ਦੇਖੋ ਇਹ ਦੋਵਾਂ ਦਾ ਬੱਚਾ ਕਹਿ ਰਿਹਾ ਜੀ ਮਾਸ਼ਾਅੱਲਾ 120 ਕਿਲੋ ਵੇਟ ਹੈ ਦੋਵਾਂ ਲੇਲਿਆਂ ਦਾ, ਅਤੇ ਲੇਲੇ ਮਾਸ਼ਾਅੱਲਾ ਦੋਨੇ ਪਿਆਰੇ ਨੇ ਅਤੇ ਇਹ ਲੇਲਾ ਕੁਰਬਾਨੀ ਦੇਣਾ ਅਤੇ ਜਨਾਬ ਇਹ ਲੇਲਾ ਉਹਨਾਂ ਨੇ ਚਿੱਟੇ ਰੰਗ ਦਾ ਲੇਲਾ ਜਿਹੜਾ ਨਾ ਉਹ ਵੇਖਣਾ ਹੈ। ਅਤੇ ਪੁੱਤਰ ਕਿੰਨਾ ਮੁੱਲ ਲੱਗਾ ਲੇਲੇ ਦਾ? 1.5 ਲੱਖ। 1.5 ਲੱਖ ਚਿੱਟੇ ਦਾ ਲੱਗਾ, ਠੀਕ ਹੈ। ਅਤੇ ਕਾਲਾ ਜਰੋ ਆਪੀ ਤੇਰੇ ਮਾਮੂ ਉਹਨਾਂ ਨੇ ਘਰ ਕੁਰਬਾਨੀ ਦੇਣੀ ਹੈ, ਠੀਕ ਹੋ ਗਿਆ। ਜਨਾਬ ਇਹ ਤੁਸੀਂ ਲੇਲਾ ਵੇਖ ਰਹੇ ਹੋ, ਇਹਦਾ 1.5 ਲੱਖ ਮੁੱਲ ਲੱਗ ਗਿਆ। ਪੁੱਤਰ ਕਿੰਨਾ ਗੋਸ਼ਤ ਹੋਏਗਾ ਇਹਦੇ ਵਿੱਚ? ਹੋਏਗਾ 40 ਕਿਲੋ? 40 ਕਿਲੋ ਕਿਉਂ ਆਜ਼ਮ ਸਾਹਿਬ?
ਮੇਰੇ ਹਿਸਾਬ ਨਾਲ ਤਾਂ ਇੰਨਾ ਹੀ ਹੈ, 30-35 ਕਿਲੋ ਗੋਸ਼ਤ। ਯਾਨੀ ਅਸੀਂ ਆਜ਼ਮ ਭਾਈ ਬੈਠੇ ਹਨ ਮੇਰੇ ਲਾਗੇ, ਅਸੀਂ ਵੀ ਅੰਦਾਜ਼ਾ ਲਾਇਆ ਕਿ 30 ਤੋਂ ਮੈਕਸੀਮਮ ਜਿਹੜਾ ਨਾ 35 ਕਿਲੋ ਇਹਦਾ ਵੇਟ ਹੋ ਸਕਦਾ ਇਸ ਲੇਲੇ ਦਾ, ਜਿਹਦਾ ਉਹਨਾਂ ਕਿਹਾ ਜੀ 1.5 ਲੱਖ ਵੇਟ ਲੱਗਿਆ। ਇਹ ਲੇਲਾ ਗੁੱਦਿਆ, ਇਹ ਵੀ ਮਾਸ਼ਾਅੱਲਾ ਠੀਕ ਹੈ, ਜਿਹੜਾ ਬਲੈਕ ਕਲਰ 'ਚ ਵੇਖਦੇ ਪਏ, ਇਹ ਵੀ ਲੇਲਾ ਠੀਕ ਹੈ। ਅਤੇ ਜਨਾਬ ਭਾਈ ਆਜ਼ਮ ਹੁਣੀ ਬੈਠੇ ਨੇ, ਉਹਦੇ ਨਾਲ ਮਸ਼ਵਰਾ ਸਲਾਹ ਕਰਨੇ ਪਏ ਆ ਉਹਨਾਂ ਦੇ। ਮਾਸ਼ਾਅੱਲਾ ਇਹ 3 ਜਿਹੜੇ ਨੇ ਭੇਡੂ ਲੇ ਲਏ ਨੇ, ਥੋੜ੍ਹਾ ਵਿਊ ਤੁਹਾਨੂੰ ਲਾ ਕੇ ਕਰਾਉਂਦਾ। ਅਤੇ ਆਜ਼ਮ ਬਈ ਇਹਨਾਂ ਦਾ ਕੋਈ ਰੇਟ ਲੱਗਾ ਕਿ ਨਹੀਂ ਹਾਲ ਤੱਕ? ਠੀਕ, ਤਿੰਨੇ ਵੇਚਣੇ ਆ ਤੁਸੀਂ ਲੈ ਲਏ। ਲਓ ਜਨਾਬ, ਅੱਜ ਦੇ ਵਲਾਗ ਦੇ ਵਿੱਚ ਆਜ਼ਮ ਭਾਈ ਦੇ ਨਾਲ ਗੁਫ਼ਤਗੂ ਹੋ ਰਹੀ ਹੈ, ਅਤੇ ਇਹ ਲੈ ਲਏ ਨੇ ਉਹਨਾਂ ਦੇ, ਅਤੇ ਤਿੰਨੇ ਲੈ ਲਏ ਜਨਾਬ ਉਹਨਾਂ ਵੇਚਣੇ ਨੇ। ਕੋਈ ਵੀ ਗਾਹਕ ਹੋਏ ਤਾਂ ਜਨਾਬ ਉਹ ਰਾਬਤਾ ਕਰ ਸਕਦਾ ਨਸ਼ਤਰਾਬਾਦ ਆਜ਼ਮ ਸਾਹਿਬ ਨੇ, ਠੀਕ ਨਾ ਭਾਈ, ਅਤੇ ਉਹਨਾਂ ਨਾਲ। ਅਤੇ ਇਹ ਮਾਸ਼ਾਅੱਲਾ ਬਹੁਤ ਪਿਆਰੇ ਲੈ ਲਏ ਨੇ, ਆਰਫ ਹੀ ਸੁਣਾ, ਆਰਫ ਜਾਂਦਾ ਕੰਮ 'ਤੇ। ਅੱਛਾ ਦੋਸਤੋ, ਇੱਕ ਬੜੀ ਜ਼ਰੂਰੀ ਅਤੇ ਅਹਿਮ ਜਿਹੜੀ ਗੱਲ ਹੈ, ਮੈਂ ਕਿਹਾ ਇੱਥੇ ਐਡ ਕਰਦੇ ਜਾਈਏ। ਮਾਸ਼ਾਅੱਲਾ ਸਾਰੇ ਲੋਕ ਈਦ ਵਾਸਤੇ ਬੱਕਰਾ ਲੈ ਰਹੇ ਨੇ, ਵਹਿਰੇ ਲੈ ਰਹੇ ਨੇ, ਵੱਛੇ ਲੈ ਰਹੇ ਨੇ, ਯਾਨੀ ਜੋ ਵੀ ਕੁਰਬਾਨੀ ਬਸ ਲੈ ਰਹੇ ਨੇ। ਉਹਨਾਂ ਦੀ ਇਹਤਿਆਤਨ ਤਦਬੀਰ ਕੀ ਹੈ ਕਿ ਆਪਣੇ ਡੇਰੇ 'ਤੇ ਬੰਨੋ, ਆਪਣੇ ਘਰਾਂ 'ਚ ਬੰਨੋ, ਆਪਣੇ ਦਰਵਾਜ਼ੇ 'ਤੇ ਬੰਨੋ। ਇਸ ਚੀਜ਼ ਦੀ ਇਹਤਿਆਤ ਕਰਨੀ ਹੈ ਕਿ ਤੁਹਾਨੂੰ ਕੋਈ ਬੰਦਾ ਵੀ ਤੁਹਾਡਾ ਲੇਲਾ, ਬੱਕਰਾ, ਵਹਿਰਾ ਚੋਰੀ ਕਰਕੇ ਲੈ ਜੇ। ਅੱਜ ਕੱਲ੍ਹ ਬਹੁਤ ਜ਼ਿਆਦਾ ਇਹ ਚੀਜ਼ ਚੱਲੀ ਹੈ, ਅਤੇ ਮੈਂ ਕਿਹਾ ਆਪਣੇ ਮੂਵੀ ਦੇ ਵਿੱਚ, ਚੈਨਲ ਦੇ ਵਿੱਚ ਇਹਨੂੰ ਐਡ ਕੀਤਾ ਜਾਏ ਕਿ ਸਾਰੇ ਦੋਸਤ ਇਸ ਚੀਜ਼ ਤੋਂ ਇਹਤਿਆਤ ਕਰਨੀ ਹੈ ਕਿ ਕਿਸੇ ਵੀ ਆਪਣੇ ਨੇ ਆਪਣੇ ਬੱਕਰਾ ਲੇਲਾ ਬਾਹਰ ਬੰਨ ਕੇ, ਅਤੇ ਇਹ ਨਹੀਂ ਸਮਝਣਾ ਕਿ ਠੀਕ ਹੈ ਜੀ ਉਹ ਮਹਿਫੂਜ਼ ਹੈ, ਅਤੇ ਹਾਂ, ਅਤੇ ਜਿਹੜਾ ਦੂਸਰਾ ਧਿਆਨ ਰੱਖਣਾ ਇਸ ਚੀਜ਼ ਦਾ ਬਹੁਤ ਜ਼ਿਆਦਾ, ਠੀਕ ਹੈ ਨਾ। ਕਿਉਂਕਿ ਅੱਜ ਕੱਲ੍ਹ ਗਰੁੱਪ ਫਿਰ ਰਿਹਾ ਬਹੁਤ ਜ਼ਿਆਦਾ, ਜਿਹੜਾ ਲੇਲਿਆਂ ਨੂੰ ਚੋਰੀ ਕਰਕੇ ਲੈ ਕੇ ਜਾ ਰਹੇ ਨੇ, ਅਤੇ ਪਤਾ ਲੱਗਣ ਦਿੰਦੇ ਹੀ ਨਹੀਂ ਉਹ ਵਾਲੇ। ਅਤੇ ਜਨਾਬ ਇਹ ਦੇਖ ਰਹੇ ਤੁਸੀਂ, ਇਹ ਗਲੀ ਦਾ ਵਿਊ, ਅਤੇ ਹੁਣ ਅਸੀਂ ਅੱਗੇ ਉਹ ਉੱਥੇ ਜਾਂਦੇ ਹਾਂ, ਠੀਕ ਹੈ ਜੀ। ਅਤੇ ਉੱਥੇ ਤੁਹਾਨੂੰ ਅਗਲਾ ਵੀ ਵਿਊ ਵਿਖਾਉਂਦੇ, ਅਗਲਾ ਕੀ ਕੰਮ ਹੈ। ਆਰਫ ਹੀ ਸੁਣਾ, ਆਰਫ ਜਾਂਦਾ ਕੰਮ 'ਤੇ। ਹੋ ਗਏ ਹੋਈ ਇਹਦੇ ਖਿਲਾਫ਼ ਕਰ ਤੂੰ।